ਇਹ ਜੀ ਸਾਡੇ ਪਿੰਡ ਜਿਹੜਾ ਨਸ਼ਿਆਂ ਦਾ ਬਹੁਤ ਜ਼ਿਆਦਾ ਦੌਰ ਚੱਲ ਰਿਹਾ ਸੀ ਅਤੇ ਇਹ ਬੱਚੇ ਜਿਹੜੇ ਸੂਝਵਾਨ ਪੜ੍ਹੇ ਲਿਖੇ ਆ ਅਤੇ ਇਹ ਸਾਨੂੰ ਕਹਿਣ ਲੱਗੇ ਵੀ ਸਾਨੂੰ ਜਿਹੜਾ ਵਾ ਮਤਲਬ ਸਮਾਨ ਜਿਹੜੀਆਂ ਕਿੱਟਾਂ ਲਿਆ ਕੇ ਦਿਓ। ਇਸ ਕਰਕੇ ਇਹਨਾਂ ਨੂੰ ਕਿੱਟਾਂ ਲਿਆ ਕੇ ਦਿੱਤੀਆਂ ਵਾ ਅਤੇ ਇਹ ਖੇਡਣ ਲੱਗ ਪਏ ਆ ਅਤੇ ਜਿਹੜੇ ਬੱਚੇ ਜਿਹੜੇ ਛੋਟੇ ਆ ਉਹਨਾਂ ਨੂੰ ਜਿਹੜੇ ਆ ਅਸੀਂ ਇਹੋ ਮਤਲਬ ਇਹ ਬੱਚੇ ਜਿਹੜੇ ਸਿੱਧੇ ਰਸਤੇ ਪੈਣਗੇ ਅਤੇ ਜਿਹੜਾ ਨਸ਼ਿਆਂ ਦਾ ਜਿਹੜਾ ਬੋਲਬਾਲਾ ਸਾਡੇ ਪੰਜਾਬ 'ਚੋਂ ਜਾਂ ਪਿੰਡ 'ਚੋਂ ਉਹ ਖਤਮ ਹੋਊਗਾ। ਇਸ ਕਰਕੇ ਅਸੀਂ ਕਿੱਟਾਂ ਲਿਆ ਕੇ ਦਿੱਤੀਆਂ ਜਿਹਨਾਂ ਨੂੰ। ਕਿਸ ਤਰ੍ਹਾਂ ਤੁਹਾਡੇ ਦਿਲ ਦਿਮਾਗ 'ਚ ਆਇਆ ਗੱਲ ਇਹ ਵੀ ਆਪਾਂ ਇਹਨਾਂ ਬੱਚਿਆਂ ਨੂੰ ਦੂਜੇ ਪਾਸੇ ਲਾਈਏ ਨਸ਼ਿਆਂ ਵਾਲੇ ਪਾਸੇ ਉਠਾ ਕੇ? ਇਹ ਜੀ ਨਸ਼ਿਆਂ ਦਾ ਜ਼ਿਆਦਾ ਸੀ ਸਾਰੇ ਅਤੇ ਇਹਦੇ ਮਤਲਬ ਇਸੇ ਕਰਕੇ ਅਸੀਂ ਕਿਹਾ ਵੀ ਬੰਦੇ ਜਿਹੜੇ ਆ ਇਸ ਕਰਕੇ ਇਹਨਾਂ ਨੂੰ ਆਪ ਖੁਦ ਕਿੱਟਾਂ ਖਰੀਦ ਕੇ ਲਿਆ ਕੇ ਦਿੱਤੀਆਂ ਕਿ ਜਿਹੜਾ ਇਹ ਖੇਡਣ ਵਾਲਾ ਰੁਝਾਨ ਇਹਨਾਂ ਦਾ ਵਧੇ ਅਤੇ ਆਉਣ ਵਾਲੇ ਜਿਹੜੇ ਛੋਟੇ ਬੱਚੇ ਆ ਉਹ ਵੀ ਇਸੇ ਲਾਈਨ 'ਚ ਲੱਗਣ। ਜੇ ਆਪਾਂ ਇਹਨਾਂ ਨੂੰ ਇਹੋ ਜਿਹੀ ਲਾਈਨ 'ਤੇ ਨਾ ਪਾਇਆ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਸਾਰੀ ਖਤਮ ਹੋ ਜੂਗੀ ਜੀ ਨਸ਼ਿਆਂ ਦੀ ਵਿੱਚ ਦਲਦਲ 'ਚ। ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਜਾਂ ਉਹਨਾਂ ਦੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਸਾਰੇ ਪਿੰਡਾਂ ਦੇ ਮੋਹਤਵਾਰਾਂ ਨੂੰ ਜਾਂ ਪੰਚਾਇਤਾਂ ਨੂੰ ਇਹੋ ਕਹਿੰਦੇ ਹਾਂ ਕਿ ਆਪੋ ਆਪਣੇ ਪਿੰਡਾਂ 'ਚ ਉਪਰਾਲਾ ਕਰੋ, ਜਿਹੜੇ ਸੂਝਵਾਨ ਬੰਦੇ ਆ ਅਤੇ ਜਿੰਨੀ ਵੀ ਜੰਗ ਮੰਡੇ ਆ ਉਹਨਾਂ ਨੂੰ ਆਪਣੇ ਕੋਲੋਂ ਖੇਡਾਂ ਦਾ ਸਮਾਨ ਲਿਆ ਕੇ ਜਾਂ ਦੇ ਕੇ ਅਤੇ ਉਹਨਾਂ ਨੂੰ ਖੇਡਾਂ ਨਾਲ ਜੋੜਨ ਜੀ। ਇਹਦੇ ਬਾਰੇ ਵੇਖੋ ਜੀ, ਸਰਪੰਚ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਹੁਣਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਕਿਉਂਕਿ ਇਹ ਖੇਡਾਂ ਵੱਲ ਬੱਚੇ ਜਿਹੜੇ ਲੱਗਣਗੇ ਅਤੇ ਨਸ਼ਿਆਂ ਵੱਲੋਂ ਇਹਨਾਂ ਦਾ ਧਿਆਨ ਹਟੂਗਾ, ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹ ਨਸ਼ਿਆਂ ਤੋਂ ਬਚ ਸਕੂਗੀ, ਧਿਆਨ ਇਹਨਾਂ ਦਾ ਖੇਡਾਂ ਵੱਲ ਰਹੂਗਾ। ਇਹ ਜੀ ਸਾਡੇ ਪਿੰਡ ਜਿਹੜਾ ਨਸ਼ਿਆਂ ਦਾ ਬਹੁਤ ਜ਼ਿਆਦਾ ਦੌਰ ਚੱਲ ਰਿਹਾ ਸੀ ਅਤੇ ਇਹ ਬੱਚੇ ਜਿਹੜੇ ਸੂਝਵਾਨ ਪੜ੍ਹੇ ਲਿਖੇ ਆ ਅਤੇ ਇਹ ਸਾਨੂੰ ਕਹਿਣ ਲੱਗੇ ਵੀ ਸਾਨੂੰ ਜਿਹੜਾ ਵਾ ਮਤਲਬ ਸਮਾਨ ਜਿਹੜੀਆਂ ਕਿੱਟਾਂ ਲਿਆ ਕੇ ਦਿਓ। ਇਸ ਕਰਕੇ ਇਹਨਾਂ ਨੂੰ ਕਿੱਟਾਂ ਲਿਆ ਕੇ ਦਿੱਤੀਆਂ ਵਾ ਅਤੇ ਇਹ ਖੇਡਣ ਲੱਗ ਪਏ ਆ ਅਤੇ ਜਿਹੜੇ ਬੱਚੇ ਜਿਹੜੇ ਛੋਟੇ ਆ ਉਹਨਾਂ ਨੂੰ ਜਿਹੜੇ ਆ ਅਸੀਂ ਇਹੋ ਮਤਲਬ ਇਹ ਬੱਚੇ ਜਿਹੜੇ ਸਿੱਧੇ ਰਸਤੇ ਪੈਣਗੇ ਅਤੇ ਜਿਹੜਾ ਨਸ਼ਿਆਂ ਦਾ ਜਿਹੜਾ ਬੋਲਬਾਲਾ ਸਾਡੇ ਪੰਜਾਬ 'ਚੋਂ ਜਾਂ ਪਿੰਡ 'ਚੋਂ ਖਤਮ ਹੋਊਗਾ। ਇਸ ਕਰਕੇ ਅਸੀਂ ਕਿੱਟਾਂ ਲਿਆ ਕੇ ਦਿੱਤੀਆਂ ਜਿਹਨਾਂ ਨੂੰ। ਕਿਸ ਤਰ੍ਹਾਂ ਤੁਹਾਡੇ ਦਿਲ ਦਿਮਾਗ 'ਚ ਆਇਆ ਗੱਲ ਇਹ ਵੀ ਆਪਾਂ ਇਹਨਾਂ ਬੱਚਿਆਂ ਨੂੰ ਦੂਜੇ ਪਾਸੇ ਲਾਈਏ ਨਸ਼ਿਆਂ ਵਾਲੇ ਪਾਸੇ ਉਠਾ ਕੇ? ਇਹ ਜੀ ਨਸ਼ਿਆਂ ਦਾ ਜ਼ਿਆਦਾ ਸੀ ਸਾਰੇ ਅਤੇ ਇਹਦੇ ਮਤਲਬ ਇਸੇ ਕਰਕੇ ਅਸੀਂ ਕਿਹਾ ਵੀ ਬੰਦੇ ਜਿਹੜੇ ਆ ਇਸ ਕਰਕੇ ਇਹਨਾਂ ਨੂੰ ਆਪ ਖੁਦ ਕਿੱਟਾਂ ਖਰੀਦ ਕੇ ਲਿਆ ਕੇ ਦਿੱਤੀਆਂ ਕਿ ਜਿਹੜਾ ਇਹ ਖੇਡਣ ਵਾਲਾ ਰੁਝਾਨ ਇਹਨਾਂ ਦਾ ਵਧੇ ਅਤੇ ਆਉਣ ਵਾਲੇ ਜਿਹੜੇ ਛੋਟੇ ਬੱਚੇ ਆ ਉਹ ਵੀ ਇਸੇ ਲਾਈਨ 'ਚ ਲੱਗਣ। ਜੇ ਆਪਾਂ ਇਹਨਾਂ ਨੂੰ ਇਹੋ ਜਿਹੀ ਲਾਈਨ 'ਤੇ ਨਾ ਪਾਇਆ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਸਾਰੀ ਖਤਮ ਹੋ ਜੂਗੀ ਜੀ ਨਸ਼ਿਆਂ ਦੀ ਵਿੱਚ ਦਲਦਲ 'ਚ। ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਜਾਂ ਉਹਨਾਂ ਦੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਸਾਰੇ ਪਿੰਡਾਂ ਦੇ ਮੋਹਤਵਾਰਾਂ ਨੂੰ ਜਾਂ ਪੰਚਾਇਤਾਂ ਨੂੰ ਇਹੋ ਕਹਿੰਦੇ ਹਾਂ ਕਿ ਆਪੋ ਆਪਣੇ ਪਿੰਡਾਂ 'ਚ ਉਪਰਾਲਾ ਕਰੋ, ਜਿਹੜੇ ਸੂਝਵਾਨ ਬੰਦੇ ਆ ਅਤੇ ਜਿੰਨੀ ਵੀ ਜੰਗ ਮੰਡੇ ਆ ਉਹਨਾਂ ਨੂੰ ਆਪਣੇ ਕੋਲੋਂ ਖੇਡਾਂ ਦਾ ਸਮਾਨ ਲਿਆ ਕੇ ਜਾਂ ਦੇ ਕੇ ਅਤੇ ਉਹਨਾਂ ਨੂੰ ਖੇਡਾਂ ਨਾਲ ਜੋੜਨ ਜੀ। ਇਹਦੇ ਬਾਰੇ ਵੇਖੋ ਜੀ, ਸਰਪੰਚ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਹੁਣਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਕਿਉਂਕਿ ਇਹ ਖੇਡਾਂ ਵੱਲ ਬੱਚੇ ਜਿਹੜੇ ਲੱਗਣਗੇ ਅਤੇ ਨਸ਼ਿਆਂ ਵੱਲੋਂ ਇਹਨਾਂ ਦਾ ਧਿਆਨ ਹਟੂਗਾ, ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹ ਨਸ਼ਿਆਂ ਤੋਂ ਬਚ ਸਕੂਗੀ, ਧਿਆਨ ਇਹਨਾਂ ਦਾ ਖੇਡਾਂ ਵੱਲ ਰਹੂਗਾ।